कहानी है एक किडनैपर की, जो बच्चों पिंड विचों किडनैप करके उन्होंने तस्करी करता सी। फिर उसका अंजाम कुछ ऐसा। ਸਿੰਘਾ ਬੋਲਦਾ ਵੀਰੇ, ਆਓ ਜੈਲ ਦੇ ਵਿਆਹ ਦੇ ਉੱਤੇ ਕੱਚ ਹੋ ਗਿਆ। ਅੱਜ ਦਸਾਂ ਮਿੰਟਾਂ ਚ ਬੰਦਾ ਇਕੱਠਾ ਸੱਠ ਹੋ ਗਿਆ। ਜੈਲ ਦੇ ਵਿਆਹ ਦੇ ਉੱਤੇ ਇਕੱਠ ਹੋ ਗਿਆ, ਦਸਾਂ ਮਿੰਟਾਂ ਚ ਬੰਦਾ ਇਕੱਠਾ ਸੱਠ ਹੋ ਗਿਆ। ਯਾਰ ਰੱਖੇ ਨੇ ਮਸ਼ੂਕਾਂ ਨੀਓ ਪਾਲੀਆਂ, ਯਾਰ ਰੱਖੇ ਨੇ ਮਸ਼ੂਕਾਂ ਨੀਓ ਪਾਲੀਆਂ। ਯਾਰ ਵਾਲੇ ਦਿਨ ਰਾਤ ਹੁੰਦੀ ਹੈ, ਉਹ ਗੱਲ ਛੋਟੀ ਹੋਵੇ ਚਾਹੇ ਹੋਵੇ ਵੱਡੀ ਨੀ, ਸਾਡੀ ਦਵਾ ਰਾਤ ਹੁੰਦੀ ਹੈ। ਉਹ ਗੱਲ ਛੋਟੀ ਹੋਵੇ ਚਾਹੇ ਹੋਵੇ ਵੱਡੀ ਨੀ, ਸਾਡੀ ਦਵਾ ਰਾਤ ਹੁੰਦੀ ਹੈ। ਸਿੰਘਾ ਬੋਲਦਾ ਪਤੰਦਰਾ। ਉਹ ਕੋਟਲੇ ਦੀ ਜੇਲ ਵਿੱਚੋਂ ਭੱਜਿਆ, ਤਿੰਨ ਵਾਰੀ ਹੋਇਆ ਫਰਾਰ ਮੈਂ। ਉਹ ਕੋਟਲੇ ਦੀ ਜੇਲ ਵਿੱਚੋਂ ਭੱਜਿਆ, ਤਿੰਨ ਵਾਰੀ ਹੋਇਆ ਫਰਾਰ ਮੈਂ। ਗੁੱਸੇ ਵਿੱਚ ਨੇ ਹਾਲਾਤ ਔਖੇ ਸਾਹਮਣੇ, ਦੁਖੀ ਵੀ ਸਰਕਾਰ ਹੁੰਦੀ ਆ। ਉਹ ਗੱਲ ਛੋਟੀ ਹੋਵੇ ਚਾਹੇ ਹੋਵੇ ਵੱਡੀ ਨੀ, ਸਾਡੀ ਦਵਾ ਰਾਤ ਹੁੰਦੀ ਆ। ਉਹ ਗੱਲ ਛੋਟੀ ਹੋਵੇ ਚਾਹੇ ਹੋਵੇ ਵੱਡੀ ਨੀ, ਸਾਡੀ ਦਵਾ ਰਾਤ ਹੁੰਦੀ ਆ। ਉਹ ਗੱਲ ਛੋਟੀ ਹੋਵੇ ਚਾਹੇ ਹੋਵੇ ਵੱਡੀ ਨੀ, ਸਾਡੀ ਦਵਾ। ਜਿੱਦਾਂ ਮਨ ਦੀ ਲਦੇਨ ਵਾਂਗੂ ਦੁਨੀਆ, ਉਦਾਂ ਮਿੱਤਰਾਂ ਦੇ ਨਾਮ ਵਿੱਚ ਡਰਨੇ। ਜਿੱਦਾਂ ਮਨ ਦੀ ਲਦੇਨ ਵਾਂਗੂ ਦੁਨੀਆ, ਉਦਾਂ ਮਿੱਤਰਾਂ ਦੇ ਨਾਮ ਵਿੱਚ ਡਰਨੇ। ਫੁੱਟਬਾਲ ਦੀ ਗਰਾਊਂਡ ਵਿੱਚ ਹੋਕੀਆਂ, ਮਾੜੇ ਟਾਈਮ ਵਿੱਚ ਜਾਂਦੀਆਂ ਜੋ ਵਰਨੇ। ਖੂਨੀਆਂ ਕਮੀਜ਼ਾਂ ਉੱਤੇ ਡੁੱਲਦਾ, ਸਿੰਘੇ ਖੂਨੀਆਂ ਕਮੀਜ਼ਾਂ ਉੱਤੇ ਡੁੱਲਦਾ, ਜੋ ਡੁੱਲੀ ਉਦੋਂ ਬਾਤ ਹੁੰਦੀ ਹੈ। ਛੋਟੀ ਹੋਵੇ ਚਾਹੇ ਹੋਵੇ ਵੱਡੀ ਨੀ, ਸਾਡੀ ਦਵਾ ਰਾਤ।